ਕਟੀ ਇਹ ਸਾਰਾ ਮਤਲਬ ਜਿਹੜਾ ਗੋਦੀ ਮੀਡੀਆ ਉਹਦੀਆਂ ਅਫਵਾਹਾਂ ਨੇ ਸਰਕਾਰ ਦੀ ਚਾਲ ਹੁੰਦੀ ਹੈ ਸੰਘਰਸ਼ ਨੂੰ ਫੇਲ ਕਰਨ ਵਾਸਤੇ ਵੀ ਲੋਕਾਂ ਤੱਕ ਪੂਰੀ ਗੱਲ ਹੈ ਜਿਹੜੀ ਨਾ ਜਾਵੇ ਏਸੀ ਲਾਉਣ ਵਾਸਤੇ ਵੀ ਪੂਰੀ ਵਧੀਆ ਮਤਲਬ ਪੱਖਿਆਂ ਵਗੈਰਾ ਦੀ ਤਿਆਰੀ ਕੀਤੀ ਜਾ ਰਹੀ ਹੈ ਸਰਕਾਰ ਨੂੰ ਇਹ ਦੱਸ ਦਿਆਂਗੇ ਵੀ ਕੰਮ ਦੇ ਸੀਜ਼ਨ 'ਚ ਵੀ ਅਸੀਂ ਉੱਥੇ ਪੂਰਾ ਡਟ ਕੇ ਸੰਘਰਸ਼ ਦੇ ਵਿੱਚ ਯੋਗਦਾਨ ਰੱਖਾਂਗੇ ਅਸੀਂ ਰਲ ਕੇ ਅਗਲੇ ਦਾ ਜਿਹੜਾ ਉੱਥੇ ਗਿਆ ਹੋਇਆ ਵੀਰ ਉਹਦਾ ਕੰਮ ਕਰਾਂਗੇ ਅਸੀਂ ਬੀਜੇਪੀ ਦੀ ਸਰਕਾਰ ਤਾਂ ਪੰਜਾਬ ਦੇ ਵਿੱਚ ਕੀ ਆਉਣੀ ਹੈ ਇਹਨਾਂ ਨੂੰ ਮੈਨੂੰ ਤਾਂ ਲੱਗਦਾ ਵੀ ਕਿਸੇ ਉਮੀਦਵਾਰ ਦੇ ਇੱਥੇ ਉਮੀਦਵਾਰ ਹੀ ਨਹੀਂ ਲੱਭਣਾ ਇਹਨਾਂ ਨੂੰ ਆਵਾਜ਼ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਅੱਜ ਅਸੀਂ ਗੱਲਬਾਤ ਕਰਾਂਗੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਇਕਾਈ ਦੇ ਪ੍ਰਧਾਨ ਨੇ ਇਹਨਾਂ ਨਾਲ ਆਪਾਂ ਸੰਘਰਸ਼ ਦੇ ਜੋ ਦਿੱਲੀ ਵਿਖੇ ਸੰਘਰਸ਼ ਚੱਲ ਰਿਹਾ ਕਿਸਾਨ ਕਾਫੀ ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹੋਏ ਨੇ ਮੋਦੀ ਸਰਕਾਰ ਦੇ ਕਾਰਨ 'ਤੇ ਜੂ ਨਹੀਂ ਸਰਕ ਰਹੀ ਅੱਗੇ ਕਿਸ ਤਰ੍ਹਾਂ ਦੀ ਰਣਨੀਤੀ ਹੋਊਗੀ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈ ਉਹਦੇ ਬਾਰੇ ਅੱਜ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਆਪਾਂ ਗੱਲਬਾਤ ਕਰਦੇ ਹਾਂ ਜਿਵੇਂ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਹੁਣ ਥੋੜ੍ਹੀ ਜਿਹੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਪਹਿਲਾਂ ਨਾਲੋਂ ਗਿਣਤੀ ਘੱਟ ਗਈ ਜਾਂ ਮਤਲਬ ਸੰਘਰਸ਼ ਕਮਜ਼ੋਰ ਪੈ ਗਿਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਨਹੀਂ ਮੈਂ ਕਹਿਣਾ ਚਾਹੂੰਗਾ ਜੀ ਸੰਘਰਸ਼ ਕਮਜ਼ੋਰ ਨਹੀਂ ਪਿਆ ਥੋੜ੍ਹਾ ਕੰਮ ਦਾ ਟਾਈਮ ਹੋਣ ਕਰਕੇ ਕਿਸਾਨ ਆਈ ਜਾਂਦੇ ਹੈ ਇੱਧਰੋਂ ਜਾਈ ਵੀ ਜਾਂਦੇ ਨੇ ਉਨਾ ਹੀ ਜ਼ੋਰ ਸ਼ੋਰ ਨਾਲ ਭਖਿਆ ਹੋਇਆ ਹੈ ਸੰਘਰਸ਼ ਕੋਈ ਮਤਲਬ ਗਿਣਤੀ ਨਹੀਂ ਘਟੀ ਇਹ ਸਾਰਾ ਮਤਲਬ ਜਿਹੜਾ ਗੋਦੀ ਮੀਡੀਆ ਉਹਦੀਆਂ ਅਫਵਾਹਾਂ ਨੇ ਅਤੇ ਅਫਵਾਹਾਂ ਦੇ ਕਾਰਨ ਜਿਹੜੀ ਇਹ ਗੱਲਬਾਤ ਹੈ ਉਹ ਚੱਲ ਰਹੀ ਹੈ ਮਤਲਬ ਉੱਥੇ ਗਿਣਤੀ ਪੂਰੀ ਹੈ ਸੰਘਰਸ਼ ਪੂਰੇ ਵਧੀਆ ਤਰੀਕੇ ਨਾਲ ਚੱਲ ਰਿਹਾ ਤੁਹਾਡੇ ਹਾਂਜੀ ਹਾਂ ਗਿਣਤੀ ਪੂਰੀ ਹੈ ਜੀ ਪੂਰੀ ਗਿਣਤੀ ਹੈ ਕਿਸਾਨਾਂ ਦੀ ਪੂਰੇ ਟਰੈਕਟਰ ਟਰਾਲੀਆਂ ਨੇ ਅਤੇ ਪੂਰੇ ਜ਼ੋਰ ਸ਼ੋਰ ਨਾਲ ਸੰਘਰਸ਼ ਚੱਲ ਰਿਹਾ ਜੀ ਜਿਵੇਂ ਪਹਿਲਾਂ ਇੰਟਰਨੈਟ ਦੀਆਂ ਸੁਵਿਧਾਵਾਂ ਬੰਦ ਕਰ ਦਿੱਤੀਆਂ ਗਈਆਂ ਸੀ ਜਿਹੜੀ 26 ਜਨਵਰੀ ਦੀ ਘਟਨਾ ਤੋਂ ਬਾਅਦ ਹੁਣ ਇੰਟਰਨੈਟ ਦੀ ਸੁਵਿਧਾ ਕਿਸ ਤਰ੍ਹਾਂ ਹਾਂਜੀ ਹੁਣ ਇੰਟਰਨੈਟ ਦੀ ਸੁਵਿਧਾ ਜਿਹੜੀ ਹੈ ਉਹ ਪੂਰੀ ਸਹੀ ਤਰੀਕੇ ਨਾਲ ਆ ਰਹੀ ਹੈ ਜੀ ਉਦੋਂ ਤਾਂ ਥੋੜ੍ਹਾ ਜਿਹਾ ਇਹ ਮਤਲਬ ਜਿਹੜੀ ਸਰਕਾਰ ਦੀ ਚਾਲ ਹੁੰਦੀ ਹੈ ਸੰਘਰਸ਼ ਨੂੰ ਫੇਲ ਕਰਨ ਵਾਸਤੇ ਵੀ ਲੋਕਾਂ ਤੱਕ ਪੂਰੀ ਗੱਲ ਹੈ ਜਿਹੜੀ ਨਾ ਜਾਵੇ ਇਹਦਾ ਕਰਕੇ ਸੁਵਿਧਾ ਜਿਹੜੀ ਹੈ ਬੰਦ ਕੀਤੀ ਗਈ ਸੀ ਹੁਣ ਕੋਈ ਐਸੀ ਦਿੱਕਤ ਨਹੀਂ ਜੀ ਹੁਣ ਪੂਰੀ ਸੁਵਿਧਾ ਜਿਹੜੀ ਹੈਗੀ ਆ ਰਹੀ ਹੈ ਅੱਗੇ ਜਿਵੇਂ ਹੁਣ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਉਹਨੂੰ ਲੈ ਕੇ ਉੱਥੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਗਰਮੀ ਦੇ ਮੌਸਮ ਦੇ ਕਾਰਨ ਮਤਲਬ ਜਿਹੜੀ ਉੱਥੇ ਹੈਗੀ ਹੈ ਟੈਂਟ ਵਗੈਰਾ ਲਾ ਕੇ ਮੱਛਰਦਾਨੀਆਂ ਲਾ ਕੇ ਪਾਸਿਆਂ 'ਤੇ ਵਧੀਆ ਏਸੀ ਲਾਉਣ ਵਾਸਤੇ ਵੀ ਪੂਰੀ ਵਧੀਆ ਮਤਲਬ ਪੱਖਿਆਂ ਵਗੈਰਾ ਦੀ ਤਿਆਰੀ ਕੀਤੀ ਜਾ ਰਹੀ ਹੈ ਇਨਵੈਟਰ ਵਗੈਰਾ ਵੱਡੇ ਜਨਰੇਟਰ ਪੂਰੀਆਂ ਜ਼ੋਰਾਂ 'ਤੇ ਤਿਆਰੀਆਂ ਚੱਲੀ ਜਾਂਦੀਆਂ ਨੇ ਕੋਈ ਗਰਮੀ ਦੇ ਕਾਰਨ ਕੋਈ ਕਿਸੇ ਕਿਸਾਨ ਨੂੰ ਮਤਲਬ ਜਿਹੜੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਜਿਹੜਾ ਬਿਜਲੀ ਦਾ ਪ੍ਰਬੰਧ ਉਹ ਉੱਥੇ ਕਿਸ ਤਰ੍ਹਾਂ ਹੁੰਦਾ ਬਿਜਲੀ ਦੇ ਪੂਰੇ ਵਧੀਆ ਪ੍ਰਬੰਧ ਨੇ ਜੀ ਕਿ ਮਤਲਬ ਜਿਹੜੀ ਲਾਈਟ ਹੈ ਉੱਥੇ ਪੂਰੇ 24 ਘੰਟੇ ਲਾਈਟ ਰਹਿੰਦੀ ਹੈ ਨਹੀਂ ਮਤਲਬ ਉਹ ਕਨੈਕਸ਼ਨ ਕਿੱਥੋਂ ਲਿਆ ਜਾਂਦਾ ਜਿਹੜੇ ਉੱਥੇ ਕਨੈਕਸ਼ਨ ਜਿਹੜੇ ਮਤਲਬ ਜਿੱਥੋਂ ਵੀ ਕੋਈ ਲਾਈਨ ਖੰਭੇ ਨੇੜੇ ਪੈ ਰਹੇ ਆ ਉੱਥੋਂ ਕਨੈਕਸ਼ਨ ਜਿਹੜੇ ਕਿਸਾਨ ਲਈ ਬੈਠੇ ਹੈ ਕੋਈ ਐਸੀ ਗੱਲ ਨਹੀਂ ਇੱਕ ਜਿਵੇਂ ਅੱਗੇ ਹੁਣ ਹੜੀ ਦੀ ਫਸਲ ਆ ਰਹੀ ਹੈ ਅੱਗੇ ਉਹਨੂੰ ਲੈ ਕੇ ਕੀ ਜਥੇਬੰਦੀਆਂ ਪ੍ਰਬੰਧ ਕਰ ਰਹੀਆਂ ਨੇ ਜਿਵੇਂ ਕਿ ਉੱਥੇ ਜਿਹੜੀ ਗਿਣਤੀ ਨਾ ਘਟੇ ਉਹਦੇ ਲਈ ਕੀ ਪ੍ਰਬੰਧ ਕੀਤੇ ਜਾਣਗੇ ਪਿੰਡਾਂ ਵਿੱਚ ਉਹਦੇ ਲਈ ਪਿੰਡਾਂ ਦੇ ਵਿੱਚ ਅਸੀਂ ਪੂਰਾ ਪ੍ਰਚਾਰ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਜਿਹੜੀ ਅਸੀਂ ਉੱਥੇ ਜਿਹੜੀ ਮਤਲਬ ਹਾਜ਼ਰੀ ਹੈ ਪਹਿਲਾਂ ਨਾਲੋਂ ਅਸੀਂ ਜੇ ਪਹਿਲਾਂ ਦੱਸਦੀ ਸੀ ਤਾਂ ਅਸੀਂ ਹੁਣ ਤਿਆਰੀ ਕਰ ਰਹੇ ਹਾਂ ਵੀ ਹੁਣ ਉੱਥੇ 15 ਜਣਿਆਂ ਦੀ ਹਾਜ਼ਰੀ ਹੋਵੇ ਜਿਹੜੀ ਸਾਡੀ ਹੁਣ ਮਤਲਬ ਤਿਆਰੀ ਹੈ ਇਹ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਵੀ ਅਸੀਂ ਸਰਕਾਰ ਨੂੰ ਇਹ ਦੱਸ ਦਿਆਂਗੇ ਵੀ ਕੰਮ ਦੇ ਸੀਜ਼ਨ 'ਚ ਵੀ ਅਸੀਂ ਉੱਥੇ ਪੂਰਾ ਡਟ ਕੇ ਸੰਘਰਸ਼ ਦੇ ਵਿੱਚ ਯੋਗਦਾਨ ਰੱਖਾਂਗੇ ਕੋਈ ਇਹ ਨਹੀਂ ਹੈਗਾ ਵੀ ਕੰਮ ਚੱਲ ਪਿਆ ਅਤੇ ਅਸੀਂ ਵੀ ਸਾਰੇ ਜਣੇ ਇੱਧਰ ਨੂੰ ਮੁੜਿਆਈਏ ਵੀ ਉੱਥੇ ਗਿਣਤੀ ਘੱਟ ਜੇ ਮਤਲਬ ਜਿਹੜਾ ਕੋਈ ਬੰਦਾ ਪਿੰਡ ਦਾ ਕਿਵੇਂ ਸਵਾਲ ਪੁੱਛਣ ਦਾ ਮਤਲਬ ਇਹ ਸੀ ਕਿ ਉੱਥੇ ਜਾਊਗਾ ਉਹਦਾ ਜਿਹੜਾ ਹਾੜੀ ਦਾ ਕੰਮ ਹੋਊਗਾ ਉਹਨੂੰ ਕਿਵੇਂ ਮੈਨੇਜ ਕੀਤਾ ਜਾਊਗਾ ਜਾਂ ਪਿੰਡ ਦੇ ਵਿੱਚ ਕੋਈ ਕਮੇਟੀ ਬਣੀ ਹੈ ਜਾਂ ਕੋਈ ਉਹਨਾਂ ਦੀ ਸਹਾਇਤਾ ਲਈ ਕਿਵੇਂ ਕੁਛ ਸਿਸਟਮ ਬਣੂਗਾ ਪਿੰਡ ਦੇ ਵਿੱਚ ਕਮੇਟੀ ਵੀ ਬਣੀ ਹੋਈ ਹੈ ਜੀ ਸਾਂਝੀ ਸੰਘਰਸ਼ ਕਮੇਟੀ ਬਣਾਈ ਹੋਈ ਹੈ ਜਿਹੜੇ ਸਾਡੇ ਵੀਰ ਦਿੱਲੀ ਗਏ ਹੋਏ ਹੈ ਉਹਨਾਂ ਦਾ ਕੰਮ ਅਸੀਂ ਜਿਹੜਾ ਵੀ ਕੋਈ ਖੇਤੀਬਾੜੀ ਦਾ ਕੰਮ ਇਹਦਾ ਤੂੜੀ ਤੰਦ ਦਾ ਜਾਂ ਕਣਕ ਕੱਟਣ ਦਾ ਸਾਰਾ ਜਾਂ ਕਿਸੇ ਨਾਲ ਟਰੈਕਟਰ ਨਾਲ ਕੋਈ ਕਿਸੇ ਦੀ ਵਾਹ ਵਹਾਈ ਕਰਨੀ ਹੈ ਸਾਰੇ ਅਸੀਂ ਰਲ ਕੇ ਅਗਲੇ ਦਾ ਜਿਹੜਾ ਉੱਥੇ ਗਿਆ ਹੋਇਆ ਵੀਰ ਉਹਦਾ ਕੰਮ ਕਰਾਂਗੇ ਅਸੀਂ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ
ਜਿਵੇਂ ਹੁਣ ਬੰਗਾਲ ਦੇ ਵਿੱਚ ਚੋਣਾਂ ਚੱਲ ਰਹੀਆਂ ਨੇ, ਉੱਥੇ ਕਿਸਾਨ ਜਾ ਕੇ ਬੀਜੇਪੀ ਨੂੰ ਵੋਟ ਨਾ ਦੇਣ ਦਾ ਸੱਦਾ ਦੇ ਰਹੇ ਨੇ, ਅਤੇ ਪੰਜਾਬ ਦੇ ਵਿੱਚ ਅਤੇ ਪੰਜਾਬ ਦੇ ਨਾਲ ਨਾਲ ਬਾਕੀ ਸਾਰੇ ਸੂਬਿਆਂ 'ਚ ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਤਾਂ ਤੁਹਾਨੂੰ ਕੀ ਲੱਗਦਾ ਉਹਦਾ ਅਸਰ ਹੋਊਗਾ? ਹਾਂਜੀ, ਉਹਦਾ ਮਤਲਬ ਜਿਹੜਾ ਉਹਦਾ ਅਸਰ ਹੈ ਉਹ ਪੂਰਾ ਹੋਊਗਾ। ਜਿੱਥੇ ਜਿੱਥੇ ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਵੱਡੇ ਇਕੱਠ ਮਹਾਂ ਪੰਚਾਇਤਾਂ ਦੇ ਵਿੱਚ ਹੋ ਰਹੇ ਹੈ, ਸਾਡਾ ਮਤਲਬ ਇਹੀ ਸੁਨੇਹਾ ਲੋਕਾਂ ਨੂੰ ਵੀ ਵੱਧ ਤੋਂ ਵੱਧ ਬੀਜੇਪੀ ਨੂੰ ਵੋਟ ਨਾ ਕਰੋ। ਵੀ ਮਤਲਬ ਇਹ ਜਿਹੜਾ ਮੋਦੀ ਹੈ ਕਿਸਾਨਾਂ ਮੂਹਰੇ ਝੁਕੇ ਅਤੇ ਜਿਹੜੇ ਬਿੱਲ ਹੈ ਇਹ ਰੱਦ ਕਰੇ ਸਰਕਾਰ, ਅਸੀਂ ਆਪਦੇ ਉੱਠ ਕੇ ਘਰਾਂ ਨੂੰ ਆਈਏ। ਬੀਜੇਪੀ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਵੀ ਅਗਲੀ ਵਾਰ ਸਾਡੀ ਸਰਕਾਰ ਆਊਗੀ, ਤਾਂ ਉਹਨਾਂ ਨੂੰ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ? ਨਹੀਂ ਜੀ, ਬੀਜੇਪੀ ਦੀ ਸਰਕਾਰ ਤਾਂ ਪੰਜਾਬ ਦੇ ਵਿੱਚ ਕੀ ਆਉਣੀ ਹੈ ਇਹਨਾਂ ਨੂੰ, ਮੈਨੂੰ ਤਾਂ ਲੱਗਦਾ ਵੀ ਕਿਸੇ ਉਮੀਦਵਾਰ ਦੇ ਇੱਥੇ ਉਮੀਦਵਾਰ ਹੀ ਨਹੀਂ ਲੱਭਣਾ ਇਹਨਾਂ ਨੂੰ, ਕਿਉਂਕਿ ਹਾਲਾਤ ਹੀ ਬੀਜੇਪੀ ਦੇ ਐਸੇ ਹੋਏ ਪਏ ਆ। ਕਿਸਾਨ ਮਾਰੂ ਨੀਤੀਆਂ ਘੜੀਆਂ ਇਹਨਾਂ ਨੇ, ਹਰੇਕ ਵਰਗ ਨਾਲ ਇਹਨਾਂ ਨੇ ਪੰਗਾ ਲਿੱਤਾ, ਮਤਲਬ ਇਹੋ ਜਿਹਾ ਨਹੀਂ ਹੈਗਾ ਵੀ ਇੱਥੇ ਲੋਕ ਅੱਕੇ ਹੋਏ ਆ ਬੀਜੇਪੀ ਤੋਂ, ਉਮੀਦਵਾਰ ਵੀ ਨਹੀਂ ਲੱਭਣੇ ਇਹਨਾਂ ਨੂੰ। ਇੱਕ ਜਿਵੇਂ ਹੁਣ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਹੋਰਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਪ੍ਰੋਗਰਾਮ ਦਿੱਤਾ ਜਾ ਰਿਹਾ, ਉਹਨੂੰ ਲੈ ਕੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਆਪਣੀ ਜਥੇਬੰਦੀ ਵੱਲੋਂ, ਆਪਣੇ ਵੱਲੋਂ, ਸਾਰੇ ਨੌਜਵਾਨਾਂ ਨੂੰ ਪੰਜਾਬ ਦੇ? ਹਾਂਜੀ, ਅਸੀਂ ਤਾਂ ਕਹਿੰਦੇ ਹਾਂ ਵੀ ਆਉਣ ਵਾਲੀ ਮਤਲਬ ਜਿਹੜੀ ਹੋਊਗਾ ਇਹ ਪ੍ਰੋਗਰਾਮ, ਵੀ ਲੋਕ ਵੱਧ ਤੋਂ ਵੱਧ ਜੁੜਨ, ਜਿਹੜੇ ਮਤਲਬ ਇਹ ਨੌਜਵਾਨ ਪੀੜ੍ਹੀ ਹੈ ਉਹਨੂੰ ਤਾਂ ਵੱਧ ਤੋਂ ਵੱਧ ਹੀ ਚਾਹੀਦਾ ਵੀ ਭਗਤ ਸਿੰਘ ਹੋਰਾਂ ਦੀ ਯਾਦ ਮਨਾਉਣ ਦੇ ਵਿੱਚ ਪੂਰਾ ਯੋਗਦਾਨ ਰੱਖਣ। ਸੰਯੁਕਤ ਮੋਰਚੇ ਵੱਲੋਂ ਵੀ ਇਹੀ ਸੱਦਾ ਹੈ। ਇੱਕ ਜਿਹੜਾ ਸਰਕਾਰ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਸੀ ਕਿ ਜਿਹੜੇ ਕਿਸਾਨਾਂ ਦੀ ਇੱਕ ਤਾਂ ਜ਼ਮੀਨ ਦਾ ਰਿਕਾਰਡ ਮੰਗਿਆ ਗਿਆ ਸੀ, ਇੱਕ ਕਿਹਾ ਗਿਆ ਸੀ ਕਿ ਜਿਹੜੇ ਕਣਕ ਦੀ ਵਿਕਰੀ ਹੋਊਗੀ ਉਹਦੇ ਰੁਪਈਏ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਆਉਣਗੇ ਉਹਨਾਂ ਦੇ ਜ਼ਮੀਨ ਦੇ ਰਿਕਾਰਡ ਦੇ ਹਿਸਾਬ ਦੇ ਨਾਲ, ਮਤਲਬ ਆੜ੍ਹਤੀਆਂ ਦਾ ਜਿਹੜਾ ਸਿਸਟਮ ਉਹਨੂੰ ਖਤਮ ਕਰਨਾ ਚਾਹੁੰਦੇ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜਾ ਜੀ ਆੜ੍ਹਤੀਆਂ ਦਾ ਸਿਸਟਮ ਹੈ ਇਹ ਸਾਡੇ ਨਾਲ ਜੁੜਿਆ ਹੋਇਆ, ਸਾਡਾ 9 ਮਾਸ ਦਾ ਰਿਸ਼ਤਾ ਇਹਨਾਂ ਨਾਲ, ਮਤਲਬ ਫਸਲ ਦੀ ਜਿਹੜੀ ਸਾਂਭ ਸੰਭਾਲ ਇਹਨਾਂ ਨੇ ਮੰਡੀ ਦੇ ਵਿੱਚ ਜਦੋਂ ਬਾਗੀ ਇਹਨਾਂ ਨੇ ਕਰਨੀ ਹੁੰਦੀ ਹੈ, ਇਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸਾਨੂੰ ਲੋੜ ਪੈਣ 'ਤੇ ਅੱਧੀ ਰਾਤ ਨੂੰ ਸਾਡੇ ਦੁੱਖ ਸੁੱਖ ਦੇ ਸੀਰੀ ਨੇ ਇਹ, ਜਦੋਂ ਮਰਜ਼ੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ, ਆੜ੍ਹਤੀਏ ਰਾਹੀਂ ਸਾਰਾ ਸਿਸਟਮ ਚੱਲਦਾ। ਅਸੀਂ ਨਹੀਂ ਕਹਿੰਦੇ ਵੀ ਵਿੱਚੋਂ ਵਿਚੋਲਗੀਏ ਖਤਮ ਹੋਣ, ਇਹਨਾਂ ਦੇ ਥਰੂ ਹੀ ਸਾਡੀ ਜਿਹੜੀ ਜਿਹੜਾ ਸਿਸਟਮ ਹੈ ਸਾਡਾ ਚੱਲਣਾ ਚਾਹੀਦਾ, ਜਿਹੜੀ ਸਾਡੀ ਫਸਲ ਹੈ ਇਹਨਾਂ ਮੁਤਾਬਕ ਹੀ ਪੈਸੇ ਆਉਣੇ ਚਾਹੀਦੇ ਹੈ। ਸਿੱਧੀ ਅਦਾਇਗੀ ਦੇ ਮਤਲਬ ਅਸੀਂ ਹੱਕ 'ਚ ਨਹੀਂ, ਕੱਲ੍ਹ ਨੂੰ ਸਾਨੂੰ ਲੋੜ ਪੈਣ 'ਤੇ ਕਿਤੋਂ ਮਤਲਬ ਕੋਈ ਰਾਤ ਨੂੰ ਅੱਧੀ ਰਾਤ ਕੋਈ ਪੈਸੇ ਟਕੇ ਦੀ ਦਿੱਕਤ ਪੈਂਦੀ ਹੈ, ਇਹਨਾਂ ਰਾਹੀਂ ਪੈਸਾ ਟਕਾ ਸਾਨੂੰ ਮਿਲਦਾ। ਫਿਰ ਜੇ ਇਹ 9 ਮਾਸ ਦਾ ਰਿਸ਼ਤਾ ਜਿਹੜਾ ਇਹ ਸਾਡਾ ਸਰਕਾਰ ਨੇ ਤੜਾ ਤਾ ਇਹਨਾਂ ਨੂੰ, ਤਾਂ ਸਾਡੇ ਵਾਸਤੇ ਬਹੁਤ ਤਕਲੀਫ ਵਾਲੀ ਗੱਲ ਹੈ ਜੀ। ਇੱਕ ਜਿਵੇਂ ਇਸ ਗੱਲ ਦੇ ਵਿਰੋਧ ਦੇ ਵਿੱਚ ਬੀਤੇ ਦਿਨੀ ਵੀ ਸੰਘਰਸ਼ ਕੀਤਾ ਗਿਆ ਸੀ, ਜਥੇਬੰਦੀਆਂ ਦੁਆਰਾ ਵਿਰੋਧ ਕੀਤਾ ਗਿਆ ਸੀ ਇਸ ਗੱਲ ਨੂੰ ਲੈ ਕੇ, ਅੱਗੇ ਹੁਣ ਕੀ ਪ੍ਰੋਗਰਾਮ ਹੈ, ਇਸ ਗੱਲ ਦਾ ਵਿਰੋਧ ਕਿਸ ਤਰ੍ਹਾਂ ਕਰ ਰਹੀਆਂ ਜਥੇਬੰਦੀਆਂ? ਹਾਂਜੀ, ਜਥੇਬੰਦੀਆਂ ਸਰਕਾਰ ਨੂੰ ਮਤਲਬ ਰੋਜ਼ ਹੀ ਕਰਦੀਆਂ, ਰੋਸ ਵਿਖਾਵੇ ਕਰਦੀਆਂ ਨੇ, ਵਿਰੋਧ ਕਰਦੀਆਂ ਨੇ। ਮਤਲਬ ਜਿਹੜਾ ਇਹ ਚੀਜ਼ ਹੈ ਜਿਹੜੀ ਅਦਾਇਗੀ ਹੈ ਸਿੱਧੀ ਖਾਤਿਆਂ ਦੇ ਵਿੱਚ ਆਉਣ ਨਾਲ ਬਹੁਤ ਵੱਡਾ ਨੁਕਸਾਨ ਹੈ, ਜਿਹੜੀਆਂ ਜਮ੍ਹਾਂਬੰਦੀਆਂ ਮੰਗਦੇ ਆ ਇਹਦੇ ਨਾਲ ਤਾਂ ਜਮੀ ਹੈਗਾ ਜੀ। ਚਲੋ ਕਿਸੇ ਦੀ ਵੀ ਹੈ, ਠੇਕੇਦਾਰੀ ਦਾ ਸਿਸਟਮ ਹੈ, ਠੇਕੇ 'ਤੇ ਲੈ ਕੇ ਵੀ ਜ਼ਮੀਨਾਂ ਬੀਜਦੇ ਹਾਂ, ਅਤੇ ਇਹ ਜਮ੍ਹਾਂਬੰਦੀਆਂ ਦੇ ਨਾਲ ਤਾਂ ਬਹੁਤ ਵੱਡੀ ਦਿੱਕਤ ਆਊਗੀ। ਜਥੇਬੰਦੀਆਂ ਵੱਲੋਂ ਇਸ ਖਿਲਾਫ ਦਾਣਾ ਮੰਡੀਆਂ ਦੇ ਵਿੱਚ, ਅਨਾਜ ਮੰਡੀਆਂ ਦੇ ਵਿੱਚ ਅਤੇ ਸੰਘਰਸ਼ ਕਰਨ ਦਾ, ਰੋਸ ਵਿਖਾਵੇ ਕਰਨ ਦਾ ਐਲਾਨ ਕੀਤਾ ਗਿਆ ਹੈ ਕਿਸਾਨਾਂ ਵੱਲੋਂ ਅਤੇ ਸਾਰੀਆਂ ਜਥੇਬੰਦੀਆਂ ਵੱਲੋਂ, ਉਹ ਵੱਡੀ ਪੱਧਰ 'ਤੇ ਕੀਤੇ ਜਾਣਗੇ। ਇੱਕ ਜਿਵੇਂ ਆਪਾਂ ਦੇਖਦੇ ਹਾਂ ਤੁਹਾਡੀ ਜਥੇਬੰਦੀ ਦੇ ਆਗੂ ਵੀ ਜਾਂਦੇ ਨੇ, ਹੋਰ ਵੀ ਬਾਕੀ ਸਾਰੇ ਜਥੇਬੰਦੀ ਦੇ ਆਗੂ ਜਾਂਦੇ ਨੇ, ਜਿੱਥੇ ਕਿ ਉਹ ਸੱਦਾ ਦੇਣ ਜਾਂਦੇ ਆ ਕਿ ਬੀਜੇਪੀ ਨੂੰ ਵੋਟ ਨਹੀਂ ਪਾਉਣੀ, ਤਾਂ ਉੱਥੇ ਲੋਕਾਂ ਦਾ ਕਿਸ ਤਰ੍ਹਾਂ ਦਾ ਰਿਸਪੋਂਸ ਮਿਲਦਾ ਹੈਗਾ ਉਹਨਾਂ ਨੂੰ? ਹਾਂਜੀ, ਬਹੁਤ ਵਧੀਆ ਰਿਸਪੋਂਸ ਮਿਲਦਾ ਲੋਕਾਂ ਦਾ, ਬਹੁਤ ਵੱਡੇ ਵੱਡੇ ਇਕੱਠ ਹੁੰਦੇ ਨੇ, ਮਹਾਂ ਪੰਚਾਇਤਾਂ ਕਰੀ ਜਾਂਦੇ ਆ ਕਿਸਾਨ ਜਿਹੜੇ ਸੂਬਿਆਂ ਦੇ ਵਿੱਚ, ਹੁਣ ਚੋਣਾਂ ਦੇ ਬਿਗਲ ਹੈ ਜਿਹੜੇ ਵੱਜੇ ਹੋਏ ਹੈ, ਅਤੇ ਉੱਥੇ ਬਹੁਤ ਵੱਡਾ ਮਤਲਬ ਚੱਲ ਰਿਹਾ ਜ਼ੋਰਾਂ ਸ਼ੋਰਾਂ ਦੇ ਨਾਲ ਕੰਮ, ਵਧੀਆ ਰਿਸਪੋਂਸ ਮਿਲ ਰਿਹਾ ਲੋਕਾਂ ਨੂੰ, ਲੋਕ ਮੰਨ ਵੀ ਰਹੇ ਹੈ ਗੱਲਾਂ, ਬੀਜੇਪੀ ਨੂੰ ਵੋਟ ਦੇਣ ਤੋਂ ਬਹੁਤ ਗੁਰੇਜ਼ ਕਰ ਰਹੇ ਆ ਕਿਸਾਨ। ਜਾਂਦੇ ਜਾਂਦੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਆਪਣੀ ਜਥੇਬੰਦੀ ਵੱਲੋਂ, ਜਿਹੜਾ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਗਿਣਤੀ ਵਧੇ? ਮੈਂ ਤਾਂ ਜਥੇਬੰਦੀ ਵੱਲੋਂ ਇਹੀ ਸੰਦੇਸ਼ ਹੈ ਸਾਰੇ ਨੌਜਵਾਨ ਵੀਰਾਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ, ਵੀ ਆਪਾਂ ਵੱਧ ਤੋਂ ਵੱਧ ਉੱਥੇ
संघर्ष के दिल्ली आने वाले दिनों गिनती वधाईए ता कि सरकार नूं पता लग सके कि यह जिहड़ी किसान कौम है यह कम के टाइम च भी मतलब संघर्षां दे विच डट के पहरा देने वास्ते तैयार है। तो सरकार किसानां मूहरे झुक सके छेती तो छेती बिल रद्द होण ते असीं तां किसानां नूं यही अपील करदे हां। बहुत बहुत धन्यवाद जी। अज आपां देखिया गलबात की मलविंदर सिंह दे नाल जिहड़े कि भारतीय किसान यूनियन सिद्धूपुर के इकाई के प्रधान ने, इन्होंने यही दसिया जिहड़ी जानकारी दित्ती कि जिहड़ा साडा मोर्चा पूरा कायम है अगे वास्ते संघर्ष नूं तिखा ही करनगे, कोई संघर्ष साडा मतम नहीं पिया। धन्यवाद।